ਮਾਮਾ ਜੀ ਇਹ ਮੇਰੀ ਸਿਮਰਨ ਮਾਮਾ ਜੀ ਮੈਂ ਮਾਮੀ ਜੀ ਮਾਮੀ ਜੀ ਹਾਂ ਇਹ ਉਹੀ ਸਾਲ ਹੈ ਕਰੋੜਾਂ ਤੋਂ ਵੀ ਅਸੀਂ ਅੱਗੇ ਕਹਿਣਾ ਕਰੋੜੋ ਅਰਬੋ ਖਰਬੋ ਨੀਲੋ ਪਦਮੋ ਚੋਕਲੇਟ ਚੋਰ ਆ ਗਏ ਕੌਮੀ ਦੇਰੀ ਕਰ ਦੋ ਰੱਖੜੀ ਵਾਲੀ ਥਾਲੀ ਤਿਆਰ ਹੈ ਦੀਦੀ ਨੇ ਇੰਡੀਆ ਤੋਂ ਸਪੈਸ਼ਲੀ ਆਹ ਵਾਲੀਆਂ ਰੱਖੜੀਆਂ ਭੇਜੀਆਂ ਤੇ ਦੀਦੀ ਹੈਗੇ ਮਾਮਾ ਜੀ ਦੀ ਬੇਟੀ ਸਿਮਰਨ ਦੇ ਤੇ ਇਹ ਅੱਗੇ ਸਾਡੇ ਤੋਂ ਅਗਲੀ ਜਨਰੇਸ਼ਨ ਅਰਜੀਤ ਤੇ ਇਹਦੇ ਮਾਮਾ ਜੀ ਲੱਗੇ ਸਿਮਰਨ ਸਿਮਰਨ ਮਾਮਾ ਜੀ ਮੈਂ ਮਾਮੀ ਜੀ ਤੇ ਆ ਜਿਹੜੇ ਤਿੰਨ ਨਿਆਣੇ ਆ ਉਹ ਭੈਣ ਭਰਾ ਤੇ ਦੀਦੀ ਨੇ ਸਪੈਸ਼ਲੀ ਭੇਜੀ ਇੰਡੀਆ ਤੋਂ ਕਿਹੜੀ ਹੈ ਸਿਮਰਨ ਵਾਲੀ ਕਿਹੜੀ ਹੈ ਤੇ ਆ ਹੈਗੀਆਂ ਨਿਆਣਿਆਂ ਦੀਆਂ ਆ ਮਾਇਰਾ ਦੀ ਆ ਮਾਇਰਾ ਕੇ ਇੱਕ ਗੁਰੂ ਆਈ ਹੈ ਪਤਾ ਕੀ ਹੈ ਮਾਇਰੀ ਬਿੱਲੀ ਕੇ ਗਲੇ ਮੇਂ ਘੰਟੀ ਕੌਣ ਬੰਦੇ ਇੱਕ ਗੁਰੂ ਵਾਲੀ ਹੈ ਬੇਟਾ ਇੱਕ ਉਹ ਦੋਨਾਂ ਦੀ ਜਿਹੜੀ ਗੱਲ ਦੱਸਾਂਗੇ ਤੇ ਮਾਇਰਾ ਦੀ ਅੱਛਾ ਇਹ ਦੋਨਾਂ ਦੀ ਉਹਨਾਂ ਦੀ ਹੈ ਉਹ ਤਾਂ ਮੈਂ ਤੇਗ ਦੀ ਕਿਊਟ ਪਹਿਲੀ ਰੱਖੜੀ ਹੈ ਤੇਗ ਦੀ ਹੈ ਨਾ ਮਾਇਰਾ ਦੀ ਨਿਗਾਹ ਸਾਰ ਨੂੰ ਵੱਧ ਦਿੱਤੀ ਹੈ ਹੱਥ ਨਹੀਂ ਲਾਉਣ ਦੋ ਮੈਂ ਇੱਕ ਹੋਰ ਪੈਕਿੰਗ ਵੀ ਹੈ ਚੋਕਲੇਟਸ ਵਾਲੀ ਉਹ ਵੀ ਨਹੀਂ ਅਸਲਾਮ ਦਿੰਦਾ ਇਹ ਤਾਂ ਮਾਇਰਾ ਨੇ ਲੈ ਕੇ ਆਉਣੀ ਹੈ ਨਾ ਵੀ ਮੰਮੀ ਹਾਂ ਇਹਨਾਂ ਲਿਆਉਂਦੀ ਹੈ ਮਿਠਾਈ ਭਰਾ ਵਾਲੀ ਨਾ ਨਾ ਇੱਕ ਮਿੰਟ ਹੋ ਇਹਦੇ ਤੋਂ ਮੈਂ ਮਾਇਰੀ ਇੱਧਰ ਆ ਜਾਓ ਤੁਸੀਂ ਵੀ ਇੱਧਰ ਹੀ ਆ ਜਾਓ ਬੇਟਾ ਮੈਨੂੰ ਤਾਂ ਨੱਕ ਬੰਦ ਕਰਕੇ ਖਾਣੀ ਪਈ ਆ ਜਾਓ ਆ ਜਾਓ ਆ ਜਾਓ ਆ ਜਾਓ ਬਿੱਲੀ ਨੇ ਮੂੰਹ ਸਾਫ਼ ਕਰ ਲਿਆ ਸੀ ਸੋਹਣੀ ਬਿੱਲੀ ਨੇ ਦੁੱਧ ਲੱਗਿਆ ਹੋਇਆ ਸੀ ਐਜ਼ ਯੂਜੂਅਲ ਵਿੱਚ ਪਾਣੀ ਪਾ ਰਹੇ ਆ ਹਲਦੀ ਦੇ ਸਿੰਦੂਰ ਹੈ ਨਹੀਂ ਹੈ ਸਿੰਦੂਰ ਦਾ ਹੀ ਟਿੱਕਾ ਲੱਗਦਾ ਹੁੰਦਾ ਹਾਂ ਨਹੀਂ ਡਰ ਚੁੱਕਿਆ ਸਿੰਦੂਰ ਦਾ ਲੱਗਦਾ ਹੁੰਦਾ ਵੈਸੇ ਤੇ ਚਲੋ ਕੋਈ ਨਹੀਂ ਮੈਂ ਤਾਂ ਹੁਣ ਡਾਲਦੀ ਨਹੀਂ ਹੈ ਸਿੰਦੂਰ ਹਾਂ ਮੈਂ ਤਾਂ ਪਾ ਕੇ ਰੋਜ਼ ਕੰਮ ਤੇ ਜਾਂਦਾ ਮੇਰੇ ਕੋਲ ਕੁਝ ਨਹੀਂ ਮੈਨੂੰ ਤੇ ਸਿੰਦੂਰ ਦਾ ਟਿੱਕਾ ਨਹੀਂ ਹੈਗਾ ਹਲਦੀ ਦੇ ਵਿੱਚ ਪਾਣੀ ਪਾ ਕੇ ਬਣਾ ਰਹੇ ਹੋਈ ਅੱਜੀ ਤੋਂ ਕਰ ਲਿਆ ਕੰਮ ਜੀ ਤੋਂ ਮੈਂ ਡਰਦਾ ਸੀ ਉਹਦੀ ਨੀਅਤ ਖਰਾਬ ਹੋ ਜਾਣਗੇ ਹਲਦੀ ਨਾਲ ਮਜ਼ਾ ਆ ਜੂਗਾ ਕਰੋ 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 ਲੈ ਹੈ ਇੰਨਾ ਵੀ ਨੀ ਮਾਮਾ ਜੀ ਲਈ ਦੱਸ ਉਹ ਨਾਲ ਦੀ ਨਾਲ ਕਹਿੰਦੀ ਹਾਂ ਯਾਦ ਆ ਗਿਆ ਇੱਕ ਨੀਲਮ ਲਈ ਫਿਰੂਗੀ ਨਾ ਯੈਲੋ ਕਲਰ ਦਾ ਉਹ ਬਾਹਰ ਤੋਪਾਂ ਦੀ ਸਲਾਮੀ ਚਲੀ ਜਾਂਦੀ ਹੈ ਬੈਲੂਨ ਫੁੱਟ ਗਿਆ ਮਾਇਰਾ ਤਾਂ ਮੂੰਹ ਦੇਖਿਆ ਇੱਥੋਂ ਵਾਹਿਗੁਰੂ ਰੱਖ ਕੇ ਜਿਹਨੇ ਮੇਰੇ ਡੱਬੇ ਚ ਸੱਸ ਲਾਇਆ ਨਾ ਆਪਣਾ ਚੋਕਲੇਟ ਚੋਰ ਆ ਗਏ ਆਪਣਾ ਲਿਆਓ ਵੀ ਡੱਬਾ ਨਾ ਵੀ ਨਾ ਗਲਤ ਕਰ ਵਾਜੀ ਵਾ ਲਿਆਓ ਜਿੱਥੇ ਵੀ ਜਾਇਆ ਕਰੇਗੀ ਨਾ ਸਾਨੂੰ ਪਤਾ ਲੱਗ ਜਾਇਆ ਕਰਨਾ ਘਰੇ ਕਿੱਥੇ ਵੀ ਹੋ ਗਈ ਤੁਹਾਡੀ ਪੋਕਿਟ 'ਚ ਫੋਨ
ਨਾ ਸੱਚ ਸ਼ਗਨ ਹੈ। ਅੱਛਾ ਲਓ ਜੀ, ਦੀਦੀ ਨੂੰ ਕਵਾਂਗੇ ਅਗਲੀ ਵਾਰ ਚਿੱਠੀ ਵੀ ਭੇਜਿਆ ਕਰਨੀ ਹੈ ਨਾਲ ਲਿਖ ਕੇ ਹੱਥ ਨਾਲ। ਚਿੱਠੀ ਤੇ ਜ਼ਰੂਰੀ ਹੈ ਲੇਕਿਨ ਉਹ ਲਿਖਣਾ ਹੈ ਜੇ ਭੇਜ ਰਹਾ। ਵਾਹ ਜੀ ਵਾਹ, ਦਿਖਾਓ ਖਾਣਾ ਜੀ ਇਹ ਦਿਖਾਓ। ਵਾਹ ਵਾਹ ਵਾਹ, ਕਿਉਂ ਗੱਲਬਾਤ ਹੈ ਨਾ ਪੂਰੀ ਜਵਾਬ ਦਿੱਤੀ। ਹਾਂਜੀ ਨਹੀਂ ਉਹ ਮੇਰੇ ਉੱਪਰ ਇੱਕੋ ਹੀ ਬੰਨਣੇ ਨਹੀਂ ਸੀ ਮੈਨੂੰ ਬਸ ਕੀ ਹਾਰ ਨਾ ਪਾ ਦੇ ਕੋਈ 18 ਲੱਖਾਂ ਜਿਹੜਾ ਮੈਨੂੰ ਮੇਰੇ ਬਰਥਡੇ ਤੇ ਮਿਲਿਆ ਸੀ। ਮਾਇਰਾ ਹੁਣ ਤੈਨੂੰ ਵਚਨ ਨੀ ਬਣਾਉਣਾ ਪੈਣਾ ਸਾਰੀ ਉਮਰ ਰਾਖੀ ਬਣਵਾ ਕੇ। ਨਹੀਂ ਹੁਣ ਅਰਜੀਤ ਦੀ ਸਾਰੀ ਉਮਰ ਰਕਸ਼ਾ ਕਰਨੀ ਹੈ ਤੂੰ। ਉੱਥੇ ਸੌਂ ਵੀ ਖਾਈ ਦੀ ਹੈ ਕਿ ਅਸੀਂ ਸੁੱਖ ਦੁੱਖ ਚ ਸਾਥ ਦੇਵਾਂਗੇ ਇਨ ਥਿਕ ਐਂਡ ਥਿਨ ਇਨ ਸੋਰੋ ਐਂਡ ਹੈਪੀਨੈਸ ਇਨ ਪੇਨ ਵੀ ਵਿਲ ਆਲਵੇਜ਼ ਬੀ ਬਾਈ ਯੋਰ ਸਾਈਡ। ਹਾਂ ਉਹ ਵੀ ਕਰੋ, ਚਲੋ ਕੱਲਾ ਚਾਕਲੇਟ ਨਹੀਂ ਖਾਣਾ ਠੀਕ ਆ। ਤੇ ਸ਼ਗਨ ਵੀ ਦੇਈਦਾ ਹੁੰਦਾ, ਲਿਆਓ ਕੋਈ ਸ਼ਗਨ ਕੱਢ ਕੇ ਵੀ ਸ਼ਗਨ ਲਿਆਵਾ ਆਪਣਾ ਚੱਪੜ ਕਰਕੇ ਬਣਵਾ ਤਾਂ ਲਈ ਲੱਗਦਾ ਵੀ ਏਦਾਂ ਹੀ ਖਾਧੀ ਜਾਂਦੀ ਹੈ। ਸ਼ਗਨ ਲਿਆਓ ਮੇਰੀ ਪੋਕਟ ਤੇ ਕੁਛ ਨੀ ਪਤਾ ਤੂੰ ਪਾਇਆ ਹੈਗਾ। ਚਲੋ ਫਿਰ ਇਹਨੂੰ ਉਦਮ ਤੇ ਤੇਗ ਵੀ ਨੀ ਦੇਣਗੇ ਸ਼ਗਨ ਹਨਾ, ਕਹਿੰਦੀ ਦਊਗੀ ਕਿਸੇ ਨੂੰ ਕਹਿੰਦੀ ਤੁਸੀਂ ਲਿਆ ਦਿਓ ਮੇਰਾ ਨਹੀਂ ਰੱਖਣੀ ਅਰਜੀ ਦਾ ਸ਼ਗਨ ਮੰਨਦਾ। ਏਦਾਂ ਹੀ ਜੇ ਤੁਸੀਂ ਉਦਮ ਤੇ ਤੇਗ ਨੂੰ ਬੰਨੋਗੇ ਡੈਡੀ ਮੇਰੇ ਨਾਲ ਖੇਡਦੇ ਰਹੇ ਨਾ ਛੋਟੇ ਹੁੰਦੇ, ਕਹਿੰਦੇ ਹਾਂ ਦਿੰਦੇ ਸੀ ਵਾਅਦੇ ਕੀਤੇ ਸੀ। ਉਹ ਤੋਂ ਵੀ ਵੱਡੀ ਹੋ ਜਾਂਦੀ ਤੈਨੂੰ ਆਹ ਲੈ ਤੂੰ ਜਿਵੇਂ ਮੈਂ ਤੇ ਵਿਕਰਮ ਮਿੱਤਰ ਜੀ ਤੇ ਸ਼ਰਤਾਂ ਲਾਉਂਦੇ ਹੁੰਦੇ ਸੀ ਕੀ ਲਾ ਲੈ ਅਗਰ ਸ਼ਰਤ ਕੋਈ ਗੱਲ ਨਹੀਂ ਲਾ ਲੈ ਲਾ ਲੈ 1000-1000 ਕਰੋੜ ਦੀ ਹੋ ਗਈ ਹਾਏ 1000 ਕਰੋੜ ਦੀ 1000-1000 ਕਰੋੜ ਇਹ ਹੈ ਕਿਹਦੀ ਪਾਕਟ 'ਚ ਤੇ ਲਾ ਲੈਣੀ ਜਹਾਰ ਜਾਣਾ ਹੈ ਨਾ ਵਿਕਰਮ ਜੀ ਤੇ ਜਹਾਰ ਜਾਣਾ ਕਹਿਣਾ ਉਹ ਜਿਹੜੇ ਤੇਰੇ ਤੇ ਪਿਛਲੀ ਵਾਰੀ 20,00,000 ਕਰੋੜ ਚੜਾਇਆ ਸੀ ਉਹ 'ਚੋਂ ਕੱਟ ਲਈ ਆਪਣਾ 1000 ਕਰੋੜ ਹਾਏ ਬਾਕੀ ਦੇ ਮੋੜ ਤੇ ਉਹ ਗੱਲ ਹੈ ਵਧੀਆ ਵਧੀਆ ਸ਼ਰਤਾਂ ਉਹ ਏਦਾਂ ਲਾਈ ਸੀ ਮੰਮੀ ਨੂੰ ਵੀ ਮੀਨਾ ਮਾਸੀ ਮੋੜ ਰਹੀ ਆ ਹੁਣ ਹੌਲੀ 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 ਕਿਸ਼ਤਾਂ ਆ ਰਹੀਆਂ ਬੇਟਾ 1000 ਕਰੋੜ ਕਰਕੇ ਦਿੰਦੀ ਆ ਹਰ ਸਾਲ ਹਾਂ ਹੰਡਰਡਸ ਆਫ ਬਿਲੀਅਨਸ ਆਫ ਡਾਲਰਸ ਬਿਲੀਅਨਸ ਐਂਡ ਟ੍ਰਿਲੀਅਨਸ ਇਹ ਗੱਲ ਹੀ ਨਹੀਂ ਕਰਦੇ ਹਜ਼ਾਰਾਂ ਤਾਂ ਕਹੋਗੀ ਮਾਮਾ ਮਿਲੀਅਨਸ ਟ੍ਰਿਲੀਅਨਸ ਬਿਲੀਅਨਸ ਗਜ਼ਿਲੀਅਨਸ ਜਿਹੜੀ ਮੈਂ ਤੈਨੂੰ ਕਹਿ ਰਿਹਾ ਸੀ ਇੱਥੇ ਕਰੋੜਾਂ ਤਾਂ ਵੀ ਅਸੀਂ ਅੱਗੇ ਕਹਿਣਾ ਕਰੋੜੋ ਅਰਬੋ ਖਰਬੋ ਨੀਲੋ ਪਦਮੋ ਲੱਖ ਕਰੋੜ ਅਰਬ ਖਰਬ ਖਰਬਾ ਤੋਂ ਅੱਗੇ ਕੀ ਹੈ ਕਰਬੋ ਖਰਬੋ ਨੀਲੋ ਪਦਮੋ ਇੰਨੇ ਰੁਪਏ ਚੜਾ ਤੇ ਦੂਜੇ ਨੂੰ ਫਿਕਰ ਪੈ ਜਾਂਦੀ ਹੋਣੀ ਉਸ ਉਮਰ ਚ ਲਓ ਬਈ ਤੁਹਾਡਾ
ਨਾਲੇ ਰੱਖੜੀ ਵੀ ਲਾਤੀ ਤੇ ਸ਼ਗਨ ਵੀ ਨੀ ਦਿੱਤਾ ਇਹਨਾਂ ਲੋਕਾਂ ਨੇ। ਵਾਹ ਚੌਲਾਂ ਦੀ ਆਹ ਖਵਾ ਦੋ ਬੁੱਕ ਭਰ ਕੇ। ਦੋ ਲੱਡੂ ਇੱਕ ਕਾਜੂ ਬਰਫੀ ਤੇ ਇੱਕ ਗਜਰੇਲੇ ਵਾਲੀ। ਸਿਮਰਨ ਕਹਿੰਦੇ ਮੰਮੀ ਕਿਰਪਾ ਕਰਕੇ ਅੱਧਾ ਉੱਧਰ ਲੈ ਜਾਓ ਨਹੀਂ ਤੇ ਇਹਨੇ ਖਾ ਜਾਣਾ 5 ਕਿਲੋ ਹੀ। ਕਮਲ ਜੀ ਇਹ ਸ਼ਾਲ ਤੁਸੀਂ ਤਾਂ ਪਾ ਕੇ ਆਏ ਉੱਪਰ? ਜਿਵੇਂ ਉਹ ਤੁਹਾਡੇ ਵਰਗੀ ਸੀਗੀ ਨਾ ਜਿਹੜੀ ਸ਼ੀਸ਼ੇ ਅੱਗੇ ਵੇਖੀ ਜਾਏ ਆਪਣੇ ਆਪ ਨੂੰ, ਕਹਿੰਦੀ ਜੀ ਵੇਖ ਲਓ ਮੈਂ ਜਮਾਂ ਮੋਟੀ ਨਹੀਂ ਹੋਈ, ਇਹ ਇਹ ਸੂਟ ਵੇਖ ਲਓ ਆਹ ਮੈਂ ਨਾ ਜਦੋਂ ਵਿਆਹ ਕੇ ਆਈ ਸੀ ਉਦੋਂ ਦਾ ਮੈਂ ਹੈਗਾ ਮੇਰੇ ਕੋਲ ਸੂਟ। ਤਾਂ ਘਰ ਵਾਲਾ ਕਹਿੰਦਾ ਅੱਲਾ ਤੋਂ ਖੌਫ ਖਾ ਇਹ ਸ਼ਾਲ ਹੈ, ਇਹ ਉਹੀ ਸ਼ਾਲ ਹੈ ਜਿਹੜਾ ਹੈ ਵੀ 10 ਸਾਲ ਤੋਂ ਦੇਖ ਲਓ ਜਿਵੇਂ ਬਿਲਕੁਲ ਮੋਟੀ ਨਹੀਂ ਹੋਈ। ਕਿਆ ਮੇਰੀ ਗੱਲ ਸੁਣ, ਨਹੁੰ ਮਾਰ ਕੇ ਲਹੂ ਕੱਢਦੇ ਅਗਲੇ ਦਾ, ਕਿ ਆਹ ਲੈ ਪੱਕਾ ਟਿੱਕਾ ਲਾਤਾ ਤੁਹਾਡੇ ਲਾਲ ਰੰਗ ਦਾ। ਵਾਹ ਕਿਆ ਵਾਹ ਮੰਮੀ ਜੀ ਚਿਪਕਿਆ ਨੀ ਜੀ ਪੂਰੀ ਸਾਥ ਵੀ ਕਿਆ ਲੱਗਦੀਆਂ ਮੰਮੀ, ਵੈਸੇ ਬਣ ਸਕਦੀਆਂ ਤੂੰ ਕਿਹੜੀ ਸੀਗੀ? ਪੰਜ ਗਿਆਰਾਂ ਪਿੰਡਾਂ ਚ ਹੁੰਡੀ ਠਾ ਠਾ ਰੋਈ ਤਾਂ ਹੈ ਭੇਜਣਗੇ ਨਾਲ ਸੀਰੀਅਸਲੀ ਟ੍ਰੇਨ ਤੇ ਜਾਣਾ, ਇੰਨੀ ਧਨ ਦੌਲਤ ਲੈ ਕੇ ਥੋੜੀ ਜਾਏਗੀ। ਤੇ ਜਿਹੜਾ ਬੱਚਾ ਨਾ ਉਹ ਅਲੱਗ ਦਿੱਤਾ ਸਾਥ ਨਿਭਾਉਂਦਾ, ਤੇ ਪ੍ਰੋਮਿਸ ਕੀ ਕੀਤਾ ਫਿਰ? ਪ੍ਰੋਮਿਸ ਆ ਕਹਿੰਦੇ ਤੁਹਾਡੇ ਵਿਆਹ ਤੇ ਆਉਂਗੀ, ਇਹ ਪ੍ਰੋਮਿਸ ਨਾਲ ਭੈਣ ਥਾਪੜਦੀ ਵੀ ਹੈ ਨਾ ਅਜੀ, ਤੇ ਜੇ ਦੋਨਾਂ ਚ ਕੋਈ ਉੱਠ ਖੜਿਆ ਨਾ ਤੇ ਤੂੰ ਫੁੱਲ ਸਪੀਡ ਤੇ ਭੱਜ ਲਈ, ਤੂੰ ਮਾਮਾ ਜੀ ਮੈਨੂੰ ਛੱਡਿਆ ਉਹ ਟ੍ਰੇਨ ਤੇ। ਮੈਂ
ਉਹ ਦੇਖੋ ਕੇਕ ਦੀ ਪਹਿਲੀ ਰੱਖੜੀ ਲੱਡੂ ਚੱਕ ਲਿਆ ਉਹਦੇ ਕੰਮ ਦਾ ਉਹ ਚੱਕੋ ਉਹ ਕਹਿੰਦਾ ਉਹ ਬਾਅਦ ਚ ਗੱਲ ਕਰਿਓ ਪਹਿਲਾਂ ਕੰਮ ਦੀ ਗੱਲ ਕਰੋ ਉੱਠਣ ਜੋਗਾ ਤਾਂ ਕਰੋ ਕਹਿੰਦਾ ਉਹਨੇ ਪੂਰਾ ਹੀ ਲੱਡੂ ਚੱਕ ਲਿਆ ਨਾ ਕਿਤਾ ਕਰੋ ਨਾ ਮੇਰਾ ਪਹਿਲਾਂ ਹੁਣ ਇਹਨਾਂ ਨੂੰ ਪੱਟੂ ਹਰਜੀਤ ਨੂੰ ਖਵਾ ਲੈਣ ਵਚਨ ਦੋ ਚਲੋ ਲੱਡੂ ਛੱਡ ਕੇ ਨੀ ਹਾਈ ਫਾਈਵ ਕਰਦਾ ਅਗਲਾ ਨੀਂਦ ਟੁੱਟ ਕੇ ਬਹਿ ਗਿਆ ਨਾਨੂ ਅੰਨੀ ਦੇਖ ਲੈਂਦਾ ਵੀ ਠੀਕ ਲੱਡੂਆਂ ਨਾਲ ਠਾਇਆ ਕਰੋ ਸਵਾਗਤ ਕਰਿਆ ਕਰੋ ਕਹਿੰਦਾ ਫਿਰ ਮੈਂ ਰੋਂਦਾ ਵੀ ਨੀ ਪਾਣੀ ਪੀ ਲਾ ਦੁੱਧ ਪੀ ਲਾ ਉਹ ਤਾਂ ਲੱਡੂ ਤੱਕ ਮਤਲਬ ਹੈ ਉਦੋਂ ਬਾਅਦ ਚ ਪੱਟੂਗਾ ਜਿਹੜੀ ਬੰਨੀ ਹੈ ਨਾ ਫਿਰ ਮਾਮਾ ਦਾ ਬਾਬਾ ਹੈ ਮਾਮਾ ਦਾ ਬਾਬਾ ਹੈ ਨਾ ਉਹ ਤਾਂ ਮਿੱਠੇ ਤੇ ਨਾ ਜਾ ਮੇਰਾ ਕੋਈ ਕੰਪੀਟੀਟਰ ਨਹੀਂ ਮੈਨੂੰ ਘਰੇ ਚਾਹੀਦਾ ਮਿੱਠੇ ਤੇ ਹਾਂ ਤਿਲਕ ਤਾਂ ਲਾਇਆ ਨਹੀਂ ਅਰਜੀ ਤਾਂ ਲਾ ਮਿੱਠੀ ਲਾ ਦਿੰਦੇ ਮੰਮਾ ਗੱਲੀ ਲਵਾ ਦੀ ਉੱਪਰ ਉਹ ਵੀ ਲੱਗਣਗੇ ਸੋਲ ਵੀ ਚਲੋ ਜੀ ਭਈਆ ਉਹ ਚੱਕੋ ਹੁਣ ਮਾਮਾ ਜੀ ਦੀ ਵਾਰੀ ਆ ਮਾਇਰਾ ਦੀ ਵਾਰੀ ਅਗਲੀ ਵਾਰ ਇਹਦੀ ਨਾ ਯੂਟਿਊਬ ਕਰਕੇ ਆਈ
ਕਿੰਨਾ ਪਾਣੀ ਪਾਉਣਾ ਤੇ ਕਿੰਨਾ ਸਿਲਕ ਬਣੂਗਾ। ਮਾਈ ਜੀ ਦਿਖਾਇਓ ਲੱਗਿਆ ਪੂਰਾ ਕੰਮ ਲੰਚ ਲੈ ਗਈ ਤੁਹਾਨੂੰ।